ਤੁਸੀਂ ਇੰਡੀਆ ਦੇ ਕਿੰਨੇ ਕਿ ਬਿਜ਼ਨਸਮੈਨ ਦਾ ਨਾਮ ਜਾਣਦੇ ਹੋ ਮੈਨੂੰ ਲੱਗਦਾ 2-4 ਜਿਹੜੇ ਮੇਨ ਮੇਨ ਨੇ ਨਾ ਉਹਨਾਂ ਤੋਂ ਇਲਾਵਾ ਤੁਹਾਨੂੰ ਜ਼ਿਆਦਾ ਨਾਮ ਪਤਾ ਵੀ ਨਹੀਂ ਹੋਣੇ ਟਾਟਸ ਬਿਰਲਾ ਸੰਬਾਨੀ ਜ਼ਡਾਨੀਜ਼ ਮੈਨੂੰ ਲੱਗਦਾ ਜ਼ਿਆਦਾਤਰ ਲੋਕਾਂ ਨੂੰ ਨਾ ਇੱਥੇ ਕਿ ਤੱਕ ਹੀ ਪਤਾ ਹੋਣਾ ਵੀ ਇਹ ਇਹ ਬਿਜ਼ਨਸਮੈਨ ਨੇ ਇਹਨਾਂ ਨੇ ਬਹੁਤ بڑے ਬਿਜ਼ਨੈਸਿਸ ਨੇ ਇਹ ਤੋਂ ਇਲਾਵਾ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਬਟ ਇੰਡੀਆ 'ਚ ਨਾ ਐਸੇ ਹਜ਼ਾਰਾਂ ਬੰਦੇ ਨੇ ਜਿਨ੍ਹਾਂ ਨੇ ਜ਼ੀਰੋ ਤੋਂ ਉੱਠ ਕੇ ਨਾ ਮਤਲਬ ਵੀ ਹਜ਼ਾਰਾਂ ਕਰੋੜਾਂ ਦੇ ਬਿਜ਼ਨਸ ਵਧਾਏ ਨੇ ਬਹੁਤ بڑے ਬਿਜ਼ਨਸ ਐਂਪਾਇਰ ਖੜੇ ਕੀਤੇ ਨੇ ਤੇ ਮੇਰੀ ਨਾ ਇੱਕ ਆਦਤ ਆ ਮੈਂ ਮਤਲਬ ਵੀ ਕੋਈ ਵੀ ਬਿਜ਼ਨਸ ਦਾ ਨਾਮ ਸੁਣਦਾ ਹੋਰ ਕਰਦਾ ਨਾ ਮੈਂ ਸਭ ਤੋਂ ਪਹਿਲਾਂ ਉਹਨਾਂ ਦੀ ਬੁੱਕ ਸਰਚ ਕਰਦਾ ਵੀ ਇਹਨਾਂ ਦੇ ਯਾਰ ਫਾਊਂਡਰ ਕੌਣ ਨੇ ਕੌਣ ਨੇ ਤੇ ਮਤਲਬ ਵੀ ਜਿਹਨਾਂ ਨੇ ਇਹ ਕੰਪਨੀ ਬਣਾਈ ਆ ਉਹ ਬੰਦੇ ਦੇ ਉੱਤੇ ਕੋਈ ਬੁੱਕ ਲਿਖੀ ਗਈ ਆ ਉਹਨਾਂ ਦੀ ਆਟੋ ਬਾਇਓਗ੍ਰਾਫੀ ਲਿਖੀ ਆ ਉਹਨਾਂ ਨੇ ਜੀ ਆ ਜੀ ਆਟੋ ਬਾਇਓਗ੍ਰਾਫੀ ਨਹੀਂ ਲਿਖੀ ਉਹਨਾਂ ਦੀ ਕੋਈ ਬਾਇਓਗ੍ਰਾਫੀ ਲਿਖੀ ਆ ਕਿਸੇ ਆਥਰ ਨੇ ਤੇ ਮੈਂ ਮਤਲਬ ਵੀ ਬੁੱਕ ਲੱਭਦਾ ਤੇ ਪੜ੍ਹਦਾ ਤੇ ਮਤਲਬ ਵੀ ਐਸੇ ਮੈਂ ਕਾਫੀ ਬਿਜ਼ਨਸਮੈਨ ਦੀ ਮਤਲਬ ਬੁੱਕਸ ਪੜ੍ਹੀਆਂ ਨੇ ਤੇ ਉਹ ਬੁੱਕਸ ਨੂੰ ਪੜ੍ਹ ਕੇ ਸਭ ਤੋਂ ਜ਼ਰੂਰੀ ਚੀਜ਼ ਇਹ ਸਿੱਖਣ ਨੂੰ ਮਿਲਦੀ ਆ ਵੀ ਹਰ ਬੰਦਾ ਬਹੁਤ بڑا ਬਿਜ਼ਨਸ ਐਂਪਾਇਰ ਬਣਾ ਸਕਦਾ ਹਰ ਬੰਦੇ 'ਚ ਇਹ ਪੋਟੈਂਸ਼ੀਅਲ ਹੁੰਦਾ ਵੀ ਉਹ ਬਹੁਤ بڑا ਬਿਜ਼ਨਸ ਐਂਪਾਇਰ ਬਣਾ ਸਕਦਾ ਬਸ ਲੋਡ ਹੈਗੀ ਆ ਮਿਹਨਤ ਕਰਨ ਦੀ ਆਪਣੇ ਆਪ ਤੇ ਬਿਲੀਵ ਕਰਨ ਦੀ ਜੇ ਆਪਣੇ ਦਿਮਾਗ ਨੇ ਮੰਨ ਲਿਆ ਨਾ ਵੀ ਆਪਾਂ ਐਡਾ ਬੜਾ एंपਾਇਰ ਬਣਾ ਸਕਦੇ ਆਪਾਂ ਬਣਾ ਸਕਦੇ ਆ ਜੇ ਮੰਨ ਲੇ ਆਪ ਨਹੀਂ ਬਣਾ ਸਕਦੇ ਨਹੀਂ ਬਣਾ ਸਕਦੇ ਇੱਕ ਇਹ ਜੀ ਬੁੱਕ ਤੁਹਾਨੂੰ ਅੱਜ ਮੈਂ ਸੁਜੈਸਟ ਕਰਦਾ ਇਹ ਜ਼ਰੂਰ ਪੜ ਕੇ ਦੇਖਿਓ ਵੈਸੇ ਮੈਂ ਸ਼ਾਰਟਸ 'ਚ ਵੀ ਮਤਲਬ ਇਹ ਬੁੱਕ ਦਾ ਨਾਮ ਪਾਇਆ ਹੋਇਆ ਬਟ ਜਿਹੜੇ ਬੰਦੇ ਨੇ ਸ਼ਾਰਟ ਨਹੀਂ ਦੇਖੀ ਜਾਂ ਥੋੜੀ ਸਮਰੀ ਹੋਰ ਡਿਟੇਲਸ ਸੁਣਨਾ ਚਾਹੁੰਦੇ ਨੇ ਇਹ ਬੁੱਕ ਦੀ ਤਾਂ ਇਹ ਬੁੱਕ ਇਹ ਤੁਹਾਨੂੰ ਦਿਖਾ ਦਿੰਦਾ ਅਨਸਟਾਪੇਬਲ ਕੁਲਦੀਪ ਸਿੰਘ ਢਿੰਗਰਾ ਐਂਡ ਦਾ ਰਾਈਜ਼ ਆਫ ਬਰਜੇ ਪੈਂਸ ਬਾਈ ਸੋਨੂ ਬਸਿੰਨ ਠੀਕ ਹੈ ਹੁਣ ਤੁਸੀਂ 버저 ਪੇਂਟ ਦਾ ਨਾਮ ਸੁਣਿਆ 버저 ਪੇਂਟਸ ਇੰਡੀਆ ਦਾ ਮੈਨੂੰ ਲੱਗਦਾ ਦੂਜੇ ਨੰਬਰ ਦੀ ਸਭ ਤੋਂ ਵੱਡੀ ਕੰਪਨੀ ਹੈ ਪੇਂਟਸ ਦੀ ਸਭ ਤੋਂ ਪਹਿਲੇ ਨੰਬਰ ਤੇ ਆਉਂਦੀ ਹੈ ਐਸ਼ੀਅਨ ਪੇਂਟਸ ਦੂਜੇ ਨੰਬਰ ਤੇ ਆਉਂਦੀ ਹੈ 버저 ਪੇਂਟਸ ਠੀਕ ਹੈ ਤੇ ਜੇ ਮੈਂ ਕਹਾ ਵੀ ਇਹ 버저 ਪੇਂਟਸ ਪਹਿਲਾ ਕੰਪਨੀ ਸੀਗੀ ਇਹ ਵਿਜੇ ਮਾਲਿਆ ਦੀ ਠੀਕ ਹੈ ਤੁਹਾਨੂੰ ਪਤਾ ਸੀਗਾ ਇਹ ਵੀ ਵਿਜੇ ਮਾਲਿਆ ਦੀ ਕੰਪਨੀ ਸੀਗੀ ਇਹ ਯੂਬੀ ਗਰੁੱਪ ਦੇ ਥੱਲੇ ਆਉਂਦੀ ਸੀਗੀ ਯੂਨਾਈਟਿਡ ਬ੍ਰੂਰੀਜ਼ ਜਿਹੜੇ ਗਰੁੱਪ ਸੀਗਾ ਜਿਨ੍ਹਾਂ ਦਾ ਕਿੰਗ ਫਿਸ਼ਰ ਆ ਉਹਨਾਂ ਦੇ ਥੱਲੇ ਆਉਂਦੀ ਹੁੰਦੀ ਸੀਗੀ ਇਹ ਕੰਪਨੀ ਬਟ ਵਿਜੇ ਮਾਲੇ ਨੇ ਵੇਚ ਦਿੱਤੀ ਸੀਗੀ ਤੇ ਇਹ ਕੰਪਨੀ ਖਰੀਦੀ ਸੀਗੀ ਕੁਲਦੀਪ ਸਿੰਘ ਢਿੰਗਰਾ ਨੇ ਠੀਕ ਆ ਤੇ ਢਿੰਗਰਾਸ ਕੌਣ ਨੇ ਤਿੰਨ ਭਰਾ ਸੀਗੇ ਇਹ ਜਿਨ੍ਹਾਂ ਨੇ ਬਿਜ਼ਨਸ ਬਣਾਇਆ ਤੇ ਅੱਜ ਇਹ ਹਜ਼ਾਰਾਂ ਕਰੋੜਾਂ ਦੇ ਮਾਲਕ ਨੇ ਇੰਡੀਆ ਦੀ ਟੌਪ 30 ਫੈਮਲੀਆਂ ਚ ਉਹਨਾਂ ਦਾ ਨਾਮ ਆਉਂਦਾ ਸਭ ਤੋਂ ਅਮੀਰ ਫੈਮਲੀਆਂਸ ਇੰਡੀਆ ਦੀ 30 ਜਿਹੜੀਆਂ ਹੈਗੀਆਂ ਨੇ ਉਹਨਾਂ ਚੋਂ ਇੱਕ ਇਹ ਨੇ ਬਿਲੀਅਨਰ ਨੇ ਮਤਲਬ ਇਹਨਾਂ ਦੀ ਨੈਟਵਰਥ ਹਜ਼ਾਰਾਂ ਕਰੋੜਾਂ ਚ ਆ ਬਟ ਇਹਨਾਂ ਦੀ ਜੇ ਤੁਸੀਂ ਸ਼ੁਰੂਆਤ ਦਾ ਸੁਣੋਗੇ ਨਾ ਮਤਲਬ ਵੀ ਛੋਟੇ ਦੁਕਾਨਦਾਰ ਸੀਗੇ ਛੋਟੇ ਦੁਕਾਨਦਾਰੀ ਤੋਂ ਨਿਕਲ ਕੇ ਆ ਕੇ ਅੱਗੇ-ਅੱਗੇ ਮਤਲਬ ਵੀ ਕਿਵੇਂ ਇਹਨਾਂ ਨੇ ਕੰਮਕਾਰ ਕੀਤਾ ਰਾਜਦੂਤ ਪੇਂਟਸ ਕਿਵੇਂ ਵਧਾਏ ਇਹਨਾਂ ਨੇ ਫਿਰ ਉਹ ਤੋਂ ਬਾਅਦ ਰਾਜਦੂਤ ਪੇਂਟਸ ਨੂੰ ਵਰਜਰ ਪੇਂਟਸ ਕਿਵੇਂ ਮਤਲਬ ਵੀ ਮਲਾਇਆ ਠੀਕ ਆ ਵੀ ਰਾਜਦੂਤ ਪੇਂਟਸ ਵਰਜਰ ਪੇਂਟਸ ਕਿਵੇਂ ਬਣਿਆ ਤਾਂ ਤੁਹਾਨੂੰ ਦੱਸਦਾ ਹੁਣ ਕੁਲਦੀਪ ਸਿੰਘ ਢਿੰਗਰਾ ਹੁੰਦੇ ਨਾ ਮਤਲਬ ਵੀ ਪਿੱਛੋਂ ਠੀਕ ਸੀਗੇ ਵਧੀਆ ਸੀਗੇ ਅਮੀਰ ਸੀਗੇ ਠੀਕ ਆ ਮੈਂ ਨਹੀਂ ਕਹਿੰਦਾ ਵੀ ਇਹ ਗਰੀਬ ਘਰੋਂ ਆਂਦੇ ਨੇ ਜਾਂ ਕੁਝ ਹੋਰ ਆ ਠੀਕ ਆ ਫੈਮਲੀ ਅਮੀਰ ਸੀਗੀ ਬਟ ਇਹਨਾਂ ਦੇ ਮਤਲਬ ਵੀ ਪੇਂਟ ਦਾ ਕੰਮ ਸੀਗਾ ਜਿਹੜੇ ਹੁਣ ਕੁਲਦੀਪ ਸਿੰਘ ਢਿੰਗਰਾ ਹੁੰਦੇ ਤਿੰਨ ਭਰਾ ਸੀਗੇ ਸੋਹਣ ਸਿੰਘ ਕੁਲਦੀਪ ਸਿੰਘ ਗੁਰਬਚਨ ਸਿੰਘ ਠੀਕ ਹੈ ਤੇ ਜਦ ਇਹੇ ਮਤਲਬ ਵੀ ਛੋਟੀ ਉਮਰ ਸੀਗੀ ਸ਼ਾਇਦ 10 ਸਾਲਾਂ ਦੇ ਹੋਣੇ ਕੁਲਦੀਪ ਸਿੰਘ ਢਿੰਗਰਾ ਇਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀਗੀ ਫਾਦਰ ਦੀ ਪੇਂਟ ਦੀ ਸ਼ਾਪ ਸੀਗੀ ਅੰਮ੍ਰਿਤਸਰ 'ਚ ਪੇਂਟ ਦਾ ਕੰਮ ਸੀਗਾ ਉਹਦਾ ਮਤਲਬ ਵੀ ਵਧੀਆ ਕੰਮ ਚੱਲਦਾ ਹੁੰਦਾ ਸੀਗਾ ਛੋਟੀ ਮੰਨ ਲਾ ਤਾਂ ਫੈਕਟਰੀ ਵੀ ਹੋਣੀ ਤੇ ਉੱਥੇ ਪੇਂਟ ਬਣਾਉਂਦੇ ਸੀਗੇ ਥੋੜਾ ਬਹੁਤਾ ਬਟ ਫਾਦਰ ਦੀ ਡੈਥ ਤੋਂ ਬਾਅਦ ਮਤਲਬ ਵੀ ਜਿਹੜੀ ਫੈਕਟਰੀ ਸੀਗੀ ਉਹ ਵੇਚਣੀ ਪਈ ਕਿਉਂਕਿ ਪੈਸਿਆਂ ਦੀ ਲੋੜ ਸੀਗੀ ਤੇ ਜਿਹੜਾ ਮਤਲਬ ਵੀ ਉਹ ਸੀਗਾ ਦੁਕਾਨ ਸੀਗੀ ਉਹ ਰੈਂਟ ਤੇ ਦੇਣੀ ਪਈ ਕਿਉਂਕਿ ਘਰ ਚਲਾਉਣ ਵਾਸਤੇ ਵੀ ਪੈਸੇ ਚਾਹੀਦੇ ਸੀਗੇ ਪਹਿਲਾਂ ਤਾਂ ਫਾਦਰ ਕਮਾਉਂਦੇ ਸੀਗੇ ਦੁਕਾਨ ਤੋਂ ਆਉਂਦੇ ਸੀਗੇ ਬਟ ਹੁਣ ਫਾਦਰ ਹੈ ਨਹੀਂ ਸੀਗੇ ਬੱਚੇ ਛੋਟੇ ਸੀਗੇ ਬੱਚੇ ਪੜ੍ਹਦੇ ਸੀਗੇ ਦੁਕਾਨ ਰੈਂਟ ਤੇ ਦਿੱਤੀ ਤੇ ਜਿਹੜੇ ਰੈਂਟ ਤੋਂ ਪੈਸੇ ਆ ਰਹੇ ਸੀ ਉਹ ਨਾਲ ਘਰ ਚੱਲਦਾ ਸੀਗਾ ਤਾਂ ਹੁਣ بڑے ਭਰਾ ਦੀ ਪੜ੍ਹਾਈ ਵਗੈਰਾ ਕੰਪਲੀਟ ਹੋ ਗਈ ਠੀਕ ਆ بڑے ਭਰਾ ਦੀ ਪੜ੍ਹਾਈ ਕੰਪਲੀਟ ਹੋ ਗਈ ਤੇ ਜੌਬ ਤੇ ਲੱਗਣ ਦੀ ਬਜਾਏ ਉਹਨੇ ਮਤਲਬ ਵੀ ਜਿਹੜਾ ਇੰਟਰਵਿਊਰ ਸੀਗਾ ਜਿਹੜਾ ਮਤਲਬ ਇੰਟਰਵਿਊ ਲੈ ਰਿਹਾ ਸੀਗਾ ਜੌਬ ਵਾਸਤੇ ਉਹਨੇ ਸੁਜੈਸ਼ਨ ਦਿੱਤੀ ਵੀ ਤੇਰੇ ਫਾਦਰ ਦਾ ਕੰਮ ਕਰ ਸੀਗਾ ਵੀ ਉਹੀ ਸਟਾਰਟ ਕਰੋ ਤੇ ਇਹਨਾਂ ਨੇ ਵੀ ਡਿਸੀਜਨ ਜੇ ਬਣਾਇਆ ਵੀ ਜੌਬ ਤੇ ਨਹੀਂ ਲੱਗਣਾ ਆਪਣਾ ਕੰਮ ਦੁਆਰ ਤੋਂ ਸਟਾਰਟ ਕਰਾਂਗੇ ਤਾਂ ਜਿਹੜੀ ਮਤਲਬ ਵੀ ਕਿਰਾਏ ਤੇ ਦੁਕਾਨ ਦਿੱਤੀ ਹੋਈ ਸੀਗੀ ਅਮ੍ਰਿਤਸਰ ਚ ਉਹ ਕਿਰਾਏ ਤੋਂ ਛਡਾਲ ਲਈ ਆਪ ਪਿੰਡ ਦਾ ਕੰਮ ਸਟਾਰਟ ਕਰਤਾ ਬਟ ਇਹ ਪਹਿਲਾਂ ਉਹ ਕੱਲੇ ਭਰਾ ਕਰਦੇ ਸੀਗੇ ਸੋਹਣ ਸਿੰਘ ਸੀਗੇ ਤੇ ਕੁਲਦੀਪ ਸਿੰਘ ਛੋਟਾ ਸੀਗਾ ਗੁਰਬਚਨ ਸਿੰਘ ਉਹ ਤੋਂ ਵੀ ਛੋਟੇ ਸੀਗੇ ਸਭ ਤੋਂ ਛੋਟੇ ਸੀਗੇ ਤਾਂ ਇਹਨਾਂ ਦੀ ਪੜਾਈਪੜੂਈ ਚੱਲਦੇ ਸੀਗੇ ਕਾਲਜ ਚ ਬਹੁਤ ਮਤਲਬ ਵੀ ਮਸਤੀ ਜਿਹੇ ਵਾਲੇ ਜਵਾਬ ਸੀਗੇ ਉਹ ਬੁੱਕ ਚ ਪੂਰਾ ਦੱਸਿਆ ਹੋਇਆ ਵੀ ਇਹਨਾਂ ਦੀ ਲਾਈਫ ਕਿਵੇਂ ਸੀਗੀ ਛੋਟੇ ਹੁੰਦੇ ਕਹੇ ਜੇ ਸੀਗੇ ਕਾਲਜ ਚ ਕਿਵੇਂ ਰਹੇ ਫਿਰ ਜਦ ਪੜਾਈ ਪੜੂਈ ਖਤਮ ਹੋ ਗਈ ਫਿਰ ਇਹਨਾਂ ਨੇ ਵੀ ਦੁਕਾਨ ਤੇ ਜਾਣਾ ਸਟਾਰਟ ਕਰਤਾ ਦੁਕਾਨ ਤੇ ਬੈਠਣਾ ਸਟਾਰਟ ਕਰਤਾ ਗਾਕਾ ਨਾਲ ਇਹ ਬਹੁਤ ਮਤਲਬੀ ਵਧੀਆ ਸੀਗੇ ਮਤਲਬ ਵੀ ਇਹਨਾਂ ਨੂੰ ਗਾਕ ਘੱਟਨੇ ਆਉਂਦੇ ਸੀਗੇ ਵੀ ਗਾਕਾ ਨਾਲ ਗੱਲ ਕਿਵੇਂ ਕਰਨੀ ਹੈ ਸਾਮਾਨ ਕਿਵੇਂ ਵੇਚਣਾ ਕੀ ਚੀਜ਼ ਆ ਮਤਲਬ ਵੀ ਕਿਹੈਂਡ ਜੀ ਪਰਸਨੈਲਿਟੀ ਸੀਗੀ ਵੀ ਟੌਰ ਜਿਹੇ ਵਾਲੇ ਬੰਦੇ ਸੀਗੇ ਵੀ ਬਹੁਤ ਲੋਕਾਂ 'ਚ ਜਿਵੇਂ ਹੁੰਦਾ ਨਹੀਂ ਕੋਈ ਫੇਮਸ ਜਿਹਾ ਬੰਦਾ ਹੁੰਦਾ ਵੀ ਉਹੋ ਜੀ ਇਹਨਾਂ ਦੀ ਪਰਸਨੈਲਿਟੀ ਸੀਗੀ ਵੀ ਪਤਾ ਸੀਗਾ ਵੀ ਕਿਹੜੇ ਬੰਦੇ ਨਾਲ ਕਿਹੜੀ ਗੱਲ ਕਰਨੀ ਹੈ ਕਿਵੇਂ ਕਰਨੀ ਹੈ ਦਿਲ ਜਿੱਤਣਾ ਹੁੰਦਾ ਸੀਗਾ ਤਾਂ ਇਹ ਦੁਕਾਨ ਤੇ ਬੈਠਣ ਸਟਾਰਟ ਕਰਨ ਤੋਂ ਪਹਿਲਾਂ ਆਪਣੇ ਭਰਾ ਨੂੰ ਕਿਹਾ ਯਾਰ ਮੈਂ ਸਾਰੀ ਉਮਰ ਦੁਕਾਨ ਤੇ ਤਾਂ ਬੈਠਣਾ ਵੀ ਇੱਕ ਵਾਰ ਮੈਨੂੰ ਦੁਨੀਆ ਦੇਖ ਲੈਣ ਦੋ ਠੀਕ ਆ ਤਾਂ ਇਹ ਥੋੜੇ ਮੈਨੂੰ ਲੱਗਾ ਸ਼ਾਇਦ ਕਰ ਲੈ ਜਾਂ ਇੱਕਦੇ ਦੋਸਤ ਨਾਲ ਦੁਨੀਆ ਦੇਖਣ ਚਲੇ ਗਏ ਵਿਧੀਵੇਂ ਹੁੰਦਾ ਨਹੀਂ ਹੈਗਾ ਹੀ ਚੇਕਿੰਗ ਮਤਲਬ ਵੀ ਕਦੇ ਕਿਸੇ ਬੰਦੇ ਤੋਂ ਲਿਫਟ ਲੈ ਲਈ ਕਦੇ ਕਿਤੇ ਰੁੱਕ ਗਏ ਕਦੇ ਕਿਤੇ ਰੁੱਕ ਕੇ ਵੀ ਆਏ ਨਹੀਂ ਹੈਗਾ ਬਾਲੇ ਪੈਸੇ ਨਾਲ ਦੁਨੀਆ ਦੇਖੀ ਵੀ ਆਏ ਤੱਕੇ ਜੇ ਖਾਂਦੇ ਜਿਵੇਂ ਹੁੰਦੇ ਨਹੀਂ ਹੈਗੇ ਬੰਦੇ ਬੈਗ ਜੇ ਚੱਕੀ ਘੁੰਮੀ ਜਾਂਦੇ ਨੇ ਵੀ ਕਦੇ ਕਿਸੇ ਗੱਡੀ ਤੋਂ ਲਿਫਟ ਲੈ ਕੇ ਕਿਤੇ ਚਲੇ ਗਏ ਕਦੇ ਕਿਸੇ ਗੱਡੀ ਤੋਂ ਓਵੇਂ ਇਹਨਾਂ ਨੇ ਦੁਨੀਆ ਦੇਖੀ ਥੋੜੇ ਮਤਲਬ ਸੈਰਸੂਰ ਕੀਤੀ ਦੁਨੀਆ ਦੇਖੀ ਕਾਫੀ ਮਹੀਨੇ ਘੁੰਮੇ ਫਿਰੇ ਸਭ ਕੁਝ ਤੇ ਉਹ ਵੀ ਦੱਸਿਆ ਹੋਇਆ ਬੁੱਕ ਚ ਵੀ ਕਿਵੇਂ ਦੇਖੀ ਕਿਵੇਂ ਨਹੀਂ ਤੇ ਉਹ ਤੋਂ ਬਾਅਦ ਕਰ ਕਰਾ ਕੇ ਵਾਪਸ ਆ ਗਏ ਠੀਕ ਹੈ ਪੇਂਟ ਦਾ ਕੰਮ ਸਟਾਰਟ ਕਰਤਾ ਦੁਕਾਨਦਾਰ ਸੀਗੇ ਪਹਿਲਾਂ ਦੁਕਾਨਦਾਰੀ ਸਟਾਰਟ ਕੀਤੀ ਹੌਲੀ ਹੌਲੀ ਮਤਲਬ ਵੀ ਆਪਣਾ ਪਿੱਛੇ ਇੱਕ ਫੈਕਟਰੀ ਖੋਲ ਲਈ ਪੇਂਟ ਬਣਾਉਣਾ ਸਟਾਰਟ ਕਰਤਾ ਤੇ ਉਹ ਪੇਂਟ ਜਿਹੜਾ ਬਣਾਉਣਾ ਸਟਾਰਟ ਕੀਤਾ ਇਹਨਾਂ ਨੇ ਕੁਲਦੀਪ ਸਿੰਘ ਢੀਗਰ ਨੂੰ ਪਤਾ ਸੀਗਾ ਵੀ ਜੇ ਆਪਾਂ ਪੇਂਟ ਦੇ ਕੰਮ 'ਚ ਮੀਰ ਬਣਨਾ ਤਾਂ ਆਪਾਂ ਨੂੰ ਆਪ ਦਾ ਬ੍ਰੈਂਡ ਚਾਹੀਦਾ ਤਾਂ ਪਹਿਲਾਂ ਇਹਨਾਂ ਦਾ ਜਿਹੜਾ ਰਾਜਦੂਤ ਪੇਂਟ ਹੁੰਦਾ ਸੀਗਾ ਉਹੀ ਬ੍ਰੈਂਡ ਦੁਆਰ ਤੋਂ ਸਟਾਰਟ ਕੀਤਾ ਇਹਨਾਂ ਨੇ ਤੇ ਪੇਂਟ ਬਣਾਉਣਾ ਸਟਾਰਟ ਕਰਤਾ ਫਿਰ ਅੰਮ੍ਰਿਤਸਰ ਇੱਕ ਮਤਲਬ ਵੀ ਦੁਕਾਨ ਦਾ ਸੀਗੀ ਇੱਕ ਦਿੱਲੀ ਵੀ ਦੁਕਾਨ ਖੋਲ ਲਈ ਠੀਕ ਹੈ ਦਿੱਲੀ 'ਚ ਵੀ ਮਤਲਬ ਵੀ ਵੇਚਣਾ ਵਗੈਰਾ ਸਟਾਰਟ ਕਰਤਾ ਹੋਰ ਕਰਤਾ ਤਾਂ ਦੋ ਭਰਾ ਹੋ ਗਏ ਹੁਣ ਤੀਜਾ ਹਲੇ ਪੜ੍ਹਾਈ ਕਰ ਰਹੇ ਸੀਗਾ ਤਾਂ ਤੀਜਾ ਵੀ ਪੜ੍ਹਾਈ ਕਰਕੇ ਵਾਪਸ ਆ ਗਿਆ ਨਾਲ ਆ ਗਿਆ ਤਾਂ ਪੇਂਟ ਬਣਾਉਣਾ ਸਟਾਰਟ ਕੀਤਾ ਕੁਆਲਿਟੀ ਵਧੀਆ ਕੀਤੀ ਹੌਲੀ-ਹੌਲੀ ਇਹਨਾਂ ਨੇ ਇਹਨਾਂ ਫਾਦਰ ਦਾ ਸੁਪਨਾ ਸੀਗਾ ਵੀ ਸੋਵੀਅਤ ਯੂਨੀਅਨ ਨਾਲ ਮਤਲਬ ਵੀ ਡੀਲ ਕਰਨੀ ਆ ਉੱਥੇ ਪੇਂਟ ਐਕਸਪੋਰਟ ਕਰਿਆ ਕਰਨਾ ਬਟ ਉਹ ਤੋਂ ਪਹਿਲਾਂ ਹੀ ਉਹਦੇ ਮਤਲਬ ਵੀ ਅਪੈਂਡਿਕਸ ਹੋ ਗਿਆ ਸੀਗਾ ਅਪੈਂਡਿਕਸ ਦਾ ਆਪਰੇਸ਼ਨ ਡਾਕਟਰ ਉਹ ਗਲਤ ਹੋ ਗਿਆ ਤੇ ਉਹ ਮਤਲਬ ਵੀ ਆਪਰੇਸ਼ਨ ਟੇਬਲ ਤੇ ਇਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀਗੀ ਤਾਂ ਉਹ ਸੁਪਨਾ ਅੱਧੇ ਚ ਰਹਿ ਗਿਆ ਸੀਗਾ ਤਾਂ ਇਹਨਾਂ ਨੇ ਕਰਦੇ-ਕਰਦੇ ਹੌਲੀ-ਹੌਲੀ ਪੇਂਟ ਬਣਾਉਣਾ ਸਪਲਾਈ ਕਰਨਾ ਸ਼ੁਰੂ ਕੀਤਾ ਦੁਕਾਨਦਾਰਾਂ ਤੱਕ ਪਹੁੰਚੇ ਵਧੀਆ ਕਮਾਣ ਲੱਗੇ ਫਿਰ ਸੋਵੀਅਤ ਯੂਨੀਅਨ ਜਿਹੜਾ ਸੁਪਨਾ ਸੀਗਾ ਫਾਦਰ ਦਾ ਉਹ ਪੂਰਾ ਕਰਨ ਚਲੇ ਗਏ ਰਸ਼ੀਆ ਗਏ ਉੱਥੇ ਜਾ ਕੇ ਮਤਲਬ ਵੀ ਡੀਲ ਡੂਲਾ ਲੈ ਕੇ ਆਏ ਹੌਲੀ ਹੌਲੀ ਉਹ ਸਾਰਾ ਬੁੱਕ ਚ ਦੱਸਿਆ ਹੋਇਆ ਵੀ ਕਿਵੇਂ ਇਹ ਡੀਲਸ ਵਗੈਰਾ ਲੈ ਕੇ ਆਏ ਫਿਰ ਰਸ਼ੀਆ ਦੇ ਸਭ ਤੋਂ ਵੱਡੇ ਐਕਸਪੋਰਟਰ ਬਣ ਗਏ ਮਤਲਬ ਵੀ ਰਸ਼ੀਆ ਸਭ ਤੋਂ ਜ਼ਿਆਦਾ ਪੇਂਟ ਇਹਨਾਂ ਦਾ ਜਾਂਦਾ ਹੁੰਦਾ ਸੀਗਾ ਫਿਰ ਪੇਂਟ ਦੇ ਨਾਲ-ਨਾਲ ਹੋਰ ਚੀਜ਼ਾਂ ਵੀ ਭੇਜਣ ਲੱਗ ਗਏ ਨੋਨ ਟ੍ਰੇਡਿੰਗ ਕਰਨ ਲੱਗੇ ਰਸ਼ੀਆ ਨਾਲ ਤੇ ਰਸ਼ੀਆ ਇਹਨਾਂ ਨੂੰ ਮਤਲਬ ਵੀ ਇੱਕ ਸਪੈਸ਼ਲ ਉਹ ਦੇਤਾ ਇਹਨਾਂ ਨੇ ਕੀ ਕਹਿੰਦੇ ਨੇ ਦਰਜਾ ਦਿੱਤਾ ਰਸ਼ੀਆ ਕੰਟਰੀ ਨੇ ਇਹਨਾਂ ਨੂੰ ਤੇ ਵੀ ਜਿਵੇਂ ਇੰਪੋਰਟੈਂਸ ਦਿੱਤੀ ਰਸ਼ੀਆ ਨੇ ਵੀ ਐਡੇ بڑے ਐਕਸਪੋਰਟਰੇ ਬਣ ਗਏ ਸੀਗੇ ਰਸ਼ੀਆ ਨੂੰ ਇਹਨਾਂ ਦਾ ਸਮਾਨ ਭੇਜਣ ਲੱਗ ਗਏ ਸੀਗੇ ਵੀ ਵਧੀਆ ਰਸ਼ੀਆ ਨੇ ਇਹਨਾਂ ਦਾ ਮਾਨ ਸਨਮਾਨ ਕੀਤਾ ਮਤਲਬ ਇਹ ਕਰਦੇ ਕਰਾਂਦੇ ਬਹੁਤ ਪੈਸਾ ਪੂਸਾ ਕਮਾ ਲਿਆ ਹੋਰ ਕਰ ਲਿਆ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਬਰਜਰ ਪੈਂਟਸ ਆ ਵਿਜੇ ਮਾਲਿਆ ਇਹ ਕੰਪਨੀ ਨੂੰ ਵੇਚਣਾ ਚਾਹ ਰਿਹਾ ਤੇ ਇਹਨਾਂ ਨੇ ਫੇਰ ਮਤਲਬ ਵੀ ਬਰਜਰ ਪੈਂਟਸ ਖਰੀਦਣ ਦੀ ਕੋਸ਼ਿਸ਼ ਕੀਤੀ ਵੀ ਜੇ ਮਾਲ ਦੇ ਨਾਲ ਕਿਵੇਂ ਡੀਲ ਕੀਤੀ ਕਿਵੇਂ ਸਭ ਕੁਝ ਸੀਗਾ ਉਹ ਵੀ ਬੁੱਕ ਚ ਦੱਸਿਆ ਹੋਇਆ ਫਿਰ ਸ਼ਾਇਦ 150 ਕਰੋੜ ਚ ਇਹਨਾਂ ਨੇ ਖਰੀਦਿਆ ਸੀਗਾ 1980-80 ਦੀ ਗੱਲ ਆ ਬਰਜਰ ਪੈਂਟਸ ਖਰੀਦਿਆ ਸੀਗਾ ਤੇ ਕੁਝ ਨਹੀਂ ਪਤਾ ਸੀਗਾ ਦੁਕਾਨਦਾਰੀ ਚ ਸੀਗੇ ਵੀ ਐਨਾ ਕੰਪਨੀ ਕਿਵੇਂ ਚਲਾਣੀ ਹੈ ਲਿਸਟਡ ਕੰਪਨੀ ਇਹ ਉਹ ਤਾਂ ਖਰੀਦ ਲਿਆ ਬਾਅਦ ਹੀ ਪਤਾ ਲੱਗਿਆ ਵੀ ਯਾਰ ਇਹ ਤਾਂ ਲਾਸ ਮੇਕਿੰਗ ਕੰਪਨੀ ਆ ਇਹਨਾਂ ਪ੍ਰੋਫਿਟੇ ਚ ਹੈ ਨਹੀਂਗਾ ਵੀ ਉਹ ਹੀ ਗਲਤੀ ਕਰ ਲਈ ਬਟ ਫਿਰ ਉਹਨੂੰ ਡਿਸੀਜਨ ਨੂੰ ਠੀਕ ਕੀਤਾ ਵੀ ਲਾਸ ਜੋ ਕੱਢਿਆ ਕੰਪਨੀ ਨੂੰ ਵਧੀਆ ਤਰੀਕੇ ਨਾਲ ਲੈ ਕੇ ਗਏ ਤੇ ਕਰਦੇ ਕਰਾਂਦੇ ਇੰਡੀਆ ਦੇ ਦੂਜੇ ਨੰਬਰ ਦੀ ਕੰਪਨੀ ਬਣਾਤੀ ਏਸ਼ੀਅਨ ਪੇਂਟਸ ਸਭ ਤੋਂ ਪਹਿਲੇ ਤੇ ਆ ਬਰਜਰ ਪੇਂਟਸ ਨੰਬਰ 2 ਤੇ ਆ ਤਾਂ ਜਦ ਬਰਜਰ ਪੇਂਟਸ ਖਰੀਦ ਲਈ ਫਿਰ ਦੋ ਬ੍ਰਾਂਡ ਚਲਾ ਨਹੀਂ ਸਕਦੇ ਸੀ ਰਾਜਦੂਤ ਤੇ ਬਰਜਰ ਤਾਂ ਇਹਨਾਂ ਨੇ ਮਤਲਬ ਵੀ ਰਾਜਦੂਤ ਨੂੰ ਬਰਜਰ ਪੇਂਟਸ ਚ ਮਿਲਾਤਾ ਮਿਕਸ ਅਪ ਕਰਤਾ ਤੇ ਫਿਰ ਇੱਕ ਨੂੰ ਨਾਮ ਰੱਖ ਲਿਆ ਬੋਜੇ ਪੈਂਟਸ ਤੇ ਉਹਨਾਂ ਦੀ ਫੈਕਟਰੀਆਂ ਫੈਕਟਰੀਆਂ ਜਿਹੜੀ ਸੀਗੇ ਰਾਜਦੂਤ ਵਗੈਰਾ ਵਾਲੀ ਉਹ ਵੀ ਇੱਧਰ ਹੀ ਲੈ ਆਏ 버ਜਰ ਚ ਲੈ ਆਏ ਤੇ ਕੰਮ ਕਰ ਸਿੱਖੇ ਆ ਕੀਤਾ ਤੇ ਬਹੁਤ ਮਤਲਬ ਵੀ ਕਹੈਂਡ ਸਟੋਰੀ ਆ ਹਜ਼ਾਰਾਂ ਕਰੋੜਾਂ ਦਾ ਟਰਨਓਵਰ ਹੋ ਗਿਆ ਫਿਰ ਇਹਨਾਂ ਦੇ ਕੰਪਨੀ ਦਾ ਵੀ ਕਿਵੇਂ ਇੱਕ ਛੋਟੀ ਜੀ ਦੁਕਾਨ ਅੰਮ੍ਰਿਤਸਰ ਚ ਉੱਥੋਂ ਸਟਾਰਟ ਕਰਕੇ ਪੇਂਟ ਵੇਚਣਾ ਸਟਾਰਟ ਕਰਕੇ ਕਿਵੇਂ ਆਪ ਦਾ ਬਣਾਉਣ ਲੱਗੇ ਕਿਵੇਂ ਐਕਸਪੋਰਟਰ ਬਣੇ ਕਿਵੇਂ ਹੋਰ ਚੀਜ਼ਾਂ ਦਾ ਐਕਸਪੋਰਟਰ ਬਣੇ ਕਿਵੇਂ ਪੇਂਟ ਦੇ ਕੰਮ ਚ ਟੌਪ ਤੇ ਆਏ ਕਿਵੇਂ ਵਰਜਲ ਪ੍ਰਿੰਟਸ ਖਰੀਦਿਆ ਸਭ ਕੁਝ ਬੁੱਕ ਚ ਦੱਸਿਆ ਹੋਇਆ ਤੇ ਮਤਲਬ ਵੀ ਪੜ ਕੇ ਇਹਨਾਂ ਵਧੀਆ ਲੱਗਦਾ ਨਾ ਬੁੱਕਸ ਵਗੈਰਾ ਮਤਲਬ ਵੀ ਤੁਹਾਨੂੰ ਆਏ ਲੱਗੂਗਾ ਵੀ ਤੁਸੀਂ ਯਾਰ ਆਪ ਬਿਜ਼ਨਸ ਕਰ ਰਹੇ ਹੋ ਇਹਨਾਂ ਨਾਲ ਤੁਸੀਂ ਆਪ ਬਿਜ਼ਨਸ ਬਣਾ ਰਹੇ ਹੋ ਤੁਹਾਡੇ ਆਪ ਦੇ ਸਫਰ ਚ ਪ੍ਰੋਬਲਮਸ ਆ ਰਹੀਆਂ ਨੇ ਤੁਸੀਂ ਆਪ ਮਤਲਬ ਵੀ ਸਾਰਾ ਕੁਝ ਇਹਨਾਂ ਨਾਲ ਕਰ ਰਹੇ ਹੋ ਤੇ ਬੰਦਾ ਬੁੱਕਸ ਦੇ ਥਰੂ ਹੀ ਦੁਨੀਆ ਜੀ ਲੈਂਦਾ ਯਾਰ ਮਤਲਬ ਹੀ ਜ਼ਿੰਦਗੀ ਜੀਣ ਦਾ ਆਏ ਹੁੰਦਾ ਵੀ ਦੁਨੀਆ ਘੁੰਮ ਲੰਦਾ ਪੂਰੀ ਠੀਕ ਹੈ ਤੁਸੀਂ ਘਰੇ ਬੈਠੇ ਬੈਠੇ ਬੁੱਕ ਪੜ੍ਹ ਕੇ ਨਾ ਤੁਹਾਨੂੰ ਆਏ ਲੱਗੂਗਾ ਮੈਂ ਪੂਰੀ ਦੁਨੀਆ ਘੁੰਮ ਆਇਆ ਮੈਂ ਐਡਾ ਵੱਡਾ ਕਾਰੋਬਾਰ ਬਣਾ ਆ ਗਿਆ ਤੇ ਉਹ ਤੁਹਾਡੇ ਮਾਈਂਡ ਨੂੰ ਆ ਯਾਰ ਆਪਣੇ ਮਾਈਂਡ ਨੂੰ ਨਾ रियलिटी ਤੇ ਇਮੇਜੀਨੇਸ਼ਨ ਚ ਇਹਦਾ ਫਰਕ ਨਹੀਂ ਪਤਾ ਹੁੰਦਾ ਠੀਕ ਆ ਨਾ ਹੁਣ ਤੁਹਾਨੂੰ ਕੋਈ ਵਾਰ ਸੁਪਨਾ ਆਉਂਦਾ ਆਪਾਂ ਨੂੰ ਸੁਪਨਾ ਵੀ ਆਇਆ ਲੱਗਦਾ ਯਾਰ ਵੀ ਅਸਲੀ ਚ ਹੋਇਆ ਸੀਗਾ ਇਹ ਜਾਂ ਮੇਰਾ ਸੁਪਨਾ ਆਇਆ ਸੀਗਾ ਤਾਂ ਜਦੋਂ ਆਪਾਂ ਪੜਦੇ ਆ ਉਹ ਜ਼ਿੰਦਗੀ ਚ ਆਪ ਜੀਣਦੇ ਆ ਆਪਣੇ ਦਿਮਾਗ ਨੂੰ ਆਇ ਲੱਗਣ ਲੱਗ ਜਾਂਦਾ ਵੀ ਮੈਂ ਇਹ ਚੀਜ਼ਾਂ ਕਰ ਲਈਆਂ ਠੀਕ ਆ ਤਾਂ ਉਹ ਆਪਣੇ ਆਪ ਨੂੰ ਈਜ਼ੀ ਲੱਗਣ ਲੱਗ ਜਾਂਦਾ ਵੀਰ ਐਨੀਆ ਪ੍ਰੋਬਲਮਸ ਚੋਂ ਨਿਕਲਿਆ ਮੈਂ ਵੀ ਨਿਕਲ ਲੂੰਗਾ ਜੇ ਤੁਸੀਂ ਹਜ਼ਾਰਾਂ ਬੰਦਿਆਂ ਦੀਆਂ ਕਹਾਣੀਆਂ ਪੜੀਆਂ ਹੋਣਗੀਆਂ ਨਾ ਜਿਹੜੇ 0 ਤੋਂ ਹਜ਼ਾਰਾਂ ਕਰੋੜਾਂ ਦਾ एंपਾਇਰ ਖੜਾ ਕਰਦੇ ਨੇ ਤਾਂ ਤੁਹਾਡੇ ਦਿਮਾਗ ਨੂੰ ਇਹ ਨਾਰਮਲ ਲੱਗਣ ਲੱਗ ਜਾਊਗਾ ਵੀਰ ਇਹ ਤਾਂ ਨਾਰਮਲ ਚੀਜ਼ਾਂ ਨੇ ਕਰੋੜ ਦਾ ਬਿਜ਼ਨਸ ਬਣਾਉਣ ਦਾ ਬਹੁਤ ਸੌਖੀ ਜੀ ਗੱਲ ਆ 100 ਕਰੋੜ ਦਾ ਬਣਾਉਣ ਦਾ ਬਹੁਤ ਸੌਖੀ ਜੀ ਗੱਲ ਆ ਤਾਂ ਬੁੱਕਸ ਪੜ ਕੇ ਬਹੁਤ ਵਧੀਆ ਲੱਗਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਲੱਸ ਸੋਚ ਬੜੀ ਹੁੰਦੀ ਆ ਮਾਈਂਡ ਨੂੰ ਇਹ ਚੀਜ਼ਾਂ ਉਹ ਨਹੀਂ ਲੱਗਦੀਆਂ ਇਹ ਡਿਫਿਕਲਟ ਨਹੀਂ ਲੱਗਦੀਆਂ ਵੀ ਐਡਾ ਵੱਡਾ ਕਾਰੋਬਾਰ ਬਣਾਉਣਾ ਬਹੁਤ ਔ ਵੀਰ ਉਹਨਾਂ ਦੇ ਸਫਰ ਚ ਇੰਨੀਆਂ ਪ੍ਰੋਬਲਮਸ ਆਈਆਂ ਨੇ ਫਿਰ ਆਪਣੀਆਂ ਪ੍ਰੋਬਲਮਸ ਵੀ ਨਾਰਮਲ ਲੱਗਦੀਆਂ ਨੇ ਵੀ ਕੋਈ ਐਡੀ ਬੜੀ ਗੱਲ ਨਹੀਂ ਹੈਗੀ ਸਭ ਦੇ ਸਫਰ ਚ ਆਉਂਦੀਆਂ ਨੇ ਆਪਾਂ ਵੀ ਕੋਈ ਅਨੋਖੇ ਨਹੀਂ ਹੈਗੇ ਆਪਣੇ ਸਫਰ ਚ ਜਿਆਦਾ ਪ੍ਰੋਬਲਮਸ ਨਹੀਂ ਆ ਰਹੀਆਂ ਵੀ ਆਪਾਂ ਵੀ ਠੀਕ ਆ ਵੀ ਇਹ ਤਾਂ ਨਾਰਮਲ ਚੀਜ਼ਾਂ ਨੇ ਤਾਂ ਬੁੱਕਸ ਪੜ੍ਹ ਕੇ ਬੜਾ ਵਧੀਆ ਲੱਗਦਾ ਤਾਂ ਇਹ ਬੁੱਕ ਜ਼ਰੂਰ ਪੜਿਓ ਤੁਹਾਨੂੰ ਪਤਾ ਲੱਗੂਗਾ ਕਿ ਕਿਵੇਂ ਜ਼ੀਰੋ ਤੋਂ ਉੱਠ ਕੇ ਇਹਨਾਂ ਨੇ ਹਜ਼ਾਰਾਂ ਕਰੋੜਾਂ ਦਾ ਐਮਪਾਇਰ ਖੜਾ ਕੀਤਾ ਬਰਜਰ ਪੈਂਟਸ ਕਿਵੇਂ ਵਧਾਏ ਇਹਨਾਂ ਨੇ ਤੇ ਕੁਲਦੀਪ ਸਿੰਘ ਢਿੰਗਰਾ ਕੌਣ ਸੀਗੇ ਉਹਨਾਂ ਦੀ ਜਰਨੀ ਕਿਵੇਂ ਰਹੀ ਉਹਨਾਂ ਦੇ ਭਰਾਵਾਂ ਨਾਲ ਮਿਲ ਕੇ ਉਹਨਾਂ ਨੇ ਬਿਜ਼ਨਸ ਨੂੰ ਕਿਵੇਂ ਖੜਾ ਕੀਤਾ ਦੁਕਾਨਦਾਰੀ ਤੋਂ ਮੈਨੂਫੈਕਚਰਿੰਗ 'ਚ ਜਾਣ 'ਚ ਕੀ ਕੁਝ ਲੱਗਦਾ ਕਿਹੜੀਆਂ ਪਰਮਿਸ਼ਨਾਂ ਆਉਂਦੀਆਂ ਨੇ ਕਿਹੜੀਆਂ ਰਾਹਤ ਤੇ ਉਹਨਾਂ ਨੇ ਪ੍ਰੋਬਲਮਸ ਆਈਆਂ ਤੁਹਾਨੂੰ ਪੇਂਟ ਦੇ ਕੰਮ ਨਾਲ ਮਤਲਬ ਵੀ ਨਾਰਮਲ ਬੰਦੇ ਨਾਲੋਂ ਪੇਂਟ ਦੇ ਕੰਮ ਬਾਰੇ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੋ ਜੂਗੀ ਇਹ ਬੁੱਕ ਪੜ੍ਹ ਕੇ ਅਨਸਟਾਪੇਬਲ ਕੁਲਦੀਪ ਸਿੰਘ ਤੇ ਇੰਗਰੇਂਦਰ ਰਾਈਜ਼ ਆਫ ਬਰਜ ਪੇਂਟਸ ਇਹ ਬੁੱਕ ਜ਼ਰੂਰ ਪੜ੍ਹ ਕੇ ਦੇਖਿਓ ਤਾਂ ਇਹ ਆਪਣੀ ਅੱਜ ਦੀ ਵੀਡੀਓ ਸੀਗੀ ਅਜੀਆਂ ਹੋਰ ਵੀਡੀਓਜ਼ ਚਾਹੀਦੀਆਂ ਨੇ ਹੋਰ ਬੁੱਕਸ ਦੀ ਮੈਂ ਸਮਰੀ ਤੁਹਾਨੂੰ ਇਹ ਜੀ ਦੱਸਾਂ ਤਾਂ ਮੈਨੂੰ ਕਮੈਂਟਸ 'ਤੇ ਦੱਸ ਦਿਓ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਕਰਦੇ ਸ਼ੇਅਰ ਕਰਦੇ ਜਿੰਨਾ ਕਰਨੀ ਚਾਹੀਦੀ ਆ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਨਵੇਂ ਤਾਂ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ ਸੋ ਮੱਚ ਜੀ ਵੀਡੀਓ ਦੇਖਣ ਵਾਸਤੇ ਥੈਂਕ ਯੂ ਜੀ